ਗੁਰੂ ਹਰਕ੍ਰਿਸ਼ਨ ਸਕੂਲ ਜੋ ਕਿ ਨੰਗਲ ਘੁਮਾਨ ਵਿਖੇ ਸਥਿਤ ਹੈ। ਇਹ ਸਕੂਲ ਆਪਣੇ ਇਲਾਕੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਮੱਲਾ ਮਾਰ ਰਿਹਾ ਹੈ। ਇੱਥੋਂ ਦਾ ਸਟਾਫ ਹਮੇਸ਼ਾ ਹੀ ਬੱਚਿਆਂ ਨੂੰ ਸਿੱਖਿਆ ਦੇਣ ਲਈ ਤਿਆਰ ਰਹਿੰਦਾ ਹੈ। ਸਕੂਲ ਵਿਖੇ ਅੱਜ ਦੇ ਟਾਈਮ ਦੀ ਹਰ ਤਰੀਕੇ ਦੀ ਮਾਡਰਨ ਫੈਸਿਲਿਟੀ ਉਪਲਬਧ ਹੈ। ਬੀਤੇ ਦਿਨ ਹੀ ਸਾਡੀ ਟੀਮ ਨੇ ਸਕੂਲ ਦਾ ਦੌਰਾ ਕੀਤਾ। ਪੇਸ਼ ਹੈ ਪੰਜਾਬ ਪਲੱਸ ਦੀ ਟੀਮ ਵੱਲੋਂ ਇੱਕ ਰਿਪੋਰਟ। From 10th standard, my school brings edge-cutting technology and latest pedagogical strategies to make sure that needs of every students are met. Additionally, students get chance to develop their personalities through leadership opportunity. My school staff is very hard-working, cooperative and well-educated. My name is Naprit Kaur. I studying in 10th standard in my school. I speak about the facilities of my school. My school provides a lot of facilities like smart classes, transportation, games facility, music class, etc. My school provides a suitable environment for the bright future of students at global level. I am Damanbir Singh. I am from 10th class. I am very lucky because I am studying in HarKrishan School, Nangal, Ghoman. It provides us lot of chances to participate in activities like music, sports, karate, gatka, lecture, etc. Besides this, the school organized one inter-house competition. The students of school they participate in competition, the core of heart. ਸਤਿ ਸ਼੍ਰੀ ਅਕਾਲ, ਅੱਜ ਅਸੀਂ ਪਹੁੰਚੇ ਹਾਂ ਗੁਰੂ ਹਰਕ੍ਰਿਸ਼ਨ ਸਕੂਲ ਨੰਗਲ ਘੁਮਾਨ ਦੇ ਵਿੱਚ, ਅਤੇ ਜਿਵੇਂ ਕਿ ਅਸੀਂ ਅੱਗੇ ਗੱਲਬਾਤ ਸ਼ੁਰੂ ਕਰਦੇ ਹਾਂ, ਇਸ ਸਕੂਲ ਦੇ ਮੈਨੇਜਮੈਂਟ ਡਾਇਰੈਕਟਰ ਦੇ ਨਾਲ ਗੱਲ ਕਰਾਂਗੇ, ਮਿਸਟਰ ਪੰਗਮੀਤ ਸਿੰਘ ਦੇ ਨਾਲ। ਸਰ, ਫਸਟ ਆਫ ਆਲ ਆਈ ਹੈਵ ਵਨ ਕੁਐਸਚਨ, ਹਾਓ ਆਰ ਯੂ? ਆਈ ਐਮ ਆਲਸੋ ਫਾਈਨ ਸਰ। ਸਰ, ਮੈਂ ਆਪਣੀ ਗੱਲਬਾਤ ਨੂੰ ਅੱਗੇ ਜਾਰੀ ਰੱਖਦੇ ਹਾਂ। ਮੈਂ ਸਕੂਲ ਵੱਲੋਂ ਸਕੂਲ ਦੇ ਬਾਰੇ ਕੁਝ ਜਾਣਕਾਰੀ ਹਾਸਿਲ ਕਰਨਾ ਚਾਹੁੰਦੀ ਹਾਂ। ਜਿਵੇਂ ਕਿ ਮੇਰਾ ਪਹਿਲਾ ਕੁਐਸਚਨ ਇਹ ਹੈ ਕਿ ਸਕੂਲ ਕਦੋਂ ਸਟੈਬਲਿਸ਼ ਕੀਤਾ ਗਿਆ ਸੀਗਾ ਔਰ ਕਿਸ ਮੋਟਿਵ ਦੇ ਨਾਲ ਕੀਤਾ ਗਿਆ ਸੀ? ਸਕੂਲ ਮੈਂ ਪਟਿਆਲਾ ਸਾਹਿਬ ਗੁਰਦੁਆਰਾ ਦੀ ਬਿਲਡਿੰਗ ਦੇ ਵਿੱਚ ਸੈਟਅਪ ਹੈ। ਹਾਂਜੀ, ਅਤੇ ਸਕੂਲ 1993 ਤੋਂ ਪਹਿਲਾਂ ਹੀ ਚੱਲ ਰਿਹਾ ਸੀ, ਪਰ ਉਦੋਂ ਮੈਨੇਜਮੈਂਟ ਕੋਰਸ ਸੀ। ਠੀਕ ਹੈ। ਅਤੇ ਇਸ ਵੇਲੇ ਜੋ ਪ੍ਰਿੰਸੀਪਲ ਨੇ ਸਰਦਾਰ ਗੁਰਭੇਜ ਸਿੰਘ, ਇਹਨਾਂ ਨੂੰ 1993 ਵਿੱਚ ਸਕੂਲ ਨੂੰ ਟੇਕ ਓਵਰ ਕੀਤਾ ਸੀ। ਠੀਕ ਹੈ। ਮੋਟਿਵ ਇਹੀ ਸੀਗਾ ਕਿ ਸਾਡਾ ਜਿਹੜਾ ਏਰੀਆ ਆ ਇਹ ਬਹੁਤ ਡਿਸਐਡਵਾਂਟੇਜ ਏਰੀਆ, ਮਾਰਜਨਲਾਈਜ਼ਡ ਏਰੀਆ। ਜਿੰਨੀਆਂ ਫੈਸਿਲਿਟੀਜ਼ ਨੇ ਜਾਂ ਜੋ ਆਪਰਚੁਨਿਟੀਜ਼ ਨੇ ਇਸ ਏਰੀਏ ਵਿੱਚ ਨਹੀਂ ਮੌਜੂਦ, ਤਾਂ ਉਹਨਾਂ ਨੂੰ ਇੱਥੇ ਲੈ ਕੇ ਆਉਣ ਲਈ, ਇੱਕ ਪੁਲ ਬਣਾਉਣ ਲਈ ਇਸ ਏਰੀਏ ਦਾ, ਉਸ ਆਪਰਚੁਨਿਟੀ ਤੱਕ, ਇਹ ਮੋਟਿਵ 'ਤੇ ਸਕੂਲ ਸ਼ੁਰੂ ਹੋਇਆ ਸੀ।
ਠੀਕ ਹੈ, ਬੇਸਿਕਲੀ ਜੋ ਫੈਸਿਲਿਟੀਜ਼ ਇੰਪਰੂਵਿਜ਼ਨ ਹੋਣੀਆਂ ਚਾਹੀਦੀਆਂ ਤੁਸੀਂ ਉੱਥੇ ਪ੍ਰੋਵਾਈਡ ਕਰਨ ਲਈ ਮੋਟਿਵ ਦੇ ਵਿੱਚ ਇਸ ਸਕੂਲ ਦੀ ਓਪਨਿੰਗ ਕੀਤੀ। ਯੈਸ, ਜੋ ਫੈਸਿਲਿਟੀਜ਼ ਹੋਣੀਆਂ ਚਾਹੀਦੀਆਂ ਨੇ, ਜੋ ਓਪਰਚੁਨਿਟੀਜ਼ ਮਿਲਣੀਆਂ ਚਾਹੀਦੀਆਂ ਨੇ, ਜੋ ਇੰਪਰੂਵਮੈਂਟਸ ਹੋਣੀਆਂ ਚਾਹੀਦੀਆਂ, ਡਿਵੈਲਪਮੈਂਟਸ ਹੋਣੀਆਂ ਚਾਹੀਦੀਆਂ ਸਾਰਾ ਕੁਝ। ਠੀਕ ਹੈ, ਸਟਾਰਟਿੰਗ ਦੇ ਵਿੱਚ ਜਦੋਂ ਸ਼ੁਰੂਆਤੀ ਸਮਾਂ ਸੀ ਇਸ ਸਕੂਲ ਨੂੰ ਜਦੋਂ ਸ਼ੁਰੂ ਕੀਤਾ, ਉਦੋਂ ਕੁੱਲ ਕਿੰਨੇ ਕੁ ਵਿਦਿਆਰਥੀ ਦੀ ਸੰਖਿਆ ਹੋਏਗੀ? ਤਕਰੀਬਨ 350 ਬੱਚੇ ਸੀ। ਠੀਕ ਹੈ, ਅਤੇ ਅੱਜ ਦੇ ਮੌਜੂਦਾ ਸਮਾਂ ਦੇ ਵਿੱਚ? ਇਸ ਵਕਤ 750 ਬੱਚੇ ਨੇ। ਠੀਕ ਹੈ, ਕਾਫੀ ਗਰੋਥ ਹੋਈ ਹੈ ਉਹਨਾਂ ਦੀ ਗਿਣਤੀ ਦੇ ਵਿੱਚ। ਸੋ ਤੁਸੀਂ ਉਹਨਾਂ ਨੂੰ ਹੋਰ ਕੰਟੀਨਿਊਸ ਰੱਖਦੇ ਹੋਏ ਫੈਸਿਲਿਟੀਜ਼ ਵਗੈਰਾ ਦੀ ਪ੍ਰੋਵੀਜ਼ਨਸ ਉਹਦੇ ਬਾਰੇ ਕੁਛ ਦੱਸੋ। ਮੈਂ ਪਹਿਲਾਂ ਗਰੋਥ 'ਤੇ ਇੱਕ ਪੁਆਇੰਟ ਹੋਰ ਮੈਂਸ਼ਨ ਕਰਨਾ ਚਾਹੁੰਦਾ ਕਿ ਆਪਾਂ ਕਦੀ ਵੀ ਡੋਰ ਟੂ ਡੋਰ ਕੈਂਪੇਨ ਨਹੀਂ ਕੀਤਾ, ਜਿਵੇਂ ਇਹ ਸਾਡੇ ਫੰਡਾਮੈਂਟਲਸ ਦੇ ਖਿਲਾਫ ਹੈ ਕਿ ਘਰ ਘਰ ਜਾ ਕੇ ਹਰ ਇੱਕ ਪੇਰੈਂਟਸ ਨੂੰ ਕਹਿਣਾ ਕਿ ਆਪਣਾ ਬੱਚਾ ਸਾਡੇ ਸਕੂਲ ਦਾ ਕੇ ਕਰੋ। ਇਸ ਤਰ੍ਹਾਂ ਕਦੀ ਵੀ ਨਹੀਂ ਕੀਤਾ 1993 ਤੋਂ ਲੈ ਕੇ ਅੱਜ ਦੇ ਸਮੇਂ ਉਹ ਨਾ ਹੀ ਅੱਗੇ ਕਦੀ ਕਰਾਂਗੇ। ਠੀਕ ਹੈ, ਐਜ਼ ਅ ਐਡਵਰਟਾਈਜ਼ਮੈਂਟ ਕਿ ਉਹ ਕਦੀ ਨਹੀਂ ਕੀਤੀ, ਉਹ ਕਦੀ ਨਹੀਂ ਕੀਤੀ। ਵੈਸੇ ਮਾਰਕੀਟਿੰਗ ਹੁੰਦੀ ਹੈ, ਪਰ ਕਦੀ ਵੀ ਕਿਸੇ ਪੇਰੈਂਟਸ ਨੂੰ ਕਿਸੇ ਦੇ ਘਰ ਜਾ ਕੇ ਕਿਸੇ ਨੂੰ ਫੋਨ ਕਰਕੇ ਨਹੀਂ ਕਿਹਾ ਕਿ ਤੁਸੀਂ ਆਪਣੇ ਬੱਚੇ ਨੂੰ ਸਾਡੇ ਸਕੂਲ 'ਚ ਦਾਖਲ ਕਰੋ, ਜਾਂ ਇਸ ਤਰ੍ਹਾਂ ਵੀ ਨਹੀਂ ਕਿਹਾ ਕਿ ਆਪਣੇ ਸਕੂਲ 'ਚੋਂ ਹਟਾ ਕੇ ਇੱਧਰ ਦਾਖਲ ਕਰੋ। ਅਤੇ ਇਸ ਦੇ ਨਾਲ ਹੀ ਇਸ ਤਰ੍ਹਾਂ ਹੀ 3 times ਗਰੋਥ ਹੋ ਗਈ। ਠੀਕ ਹੈ, ਅਤੇ ਗਰੋਥ ਸਾਡੀ ਹੋਰ ਹੋ ਸਕਦੀ ਹੈ, ਪਰ ਜੇ ਆਪਾਂ ਬੱਚਿਆਂ ਨੂੰ, ਇੰਨੇ ਬੱਚਿਆਂ ਨੂੰ ਹੀ ਬੈਸਟ ਫੈਸਿਲਿਟੀਜ਼ ਦੇ ਸਕੀਏ ਅਤੇ ਉਹ ਸਾਡੇ ਲਈ ਅਕੰਪਲਿਸ਼ਮੈਂਟ ਹੈ। ਠੀਕ ਹੈ, ਜਿਹੜੀ ਤੁਸੀਂ ਫੈਸਿਲਿਟੀਜ਼ ਦੀ ਗੱਲ ਕਰ ਰਹੇ ਸੀ, ਕੁਐਸਚਨ ਰਿਪੀਟ ਕਰ ਦਿਓ। ਕੁਐਸਚਨ ਇਹ ਹੈ ਕਿ ਸਕੂਲਸ ਦੇ ਵਿੱਚ ਸਟੂਡੈਂਟਸ ਨੂੰ ਫੈਸਿਲਿਟੀਜ਼ ਕਿਹੜੀਆਂ ਕਿਹੜੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ, ਲਾਈਕ ਗੇਮਸ ਦੇ ਵਿੱਚ, ਉਹਨਾਂ ਦੀ ਸਟੱਡੀਜ਼ ਦੇ ਵਿੱਚ ਸੈਮੀਨਾਰਸ ਵਗੈਰਾ ਆਰਗਨਾਈਜ਼ ਕਰਵਾਉਂਦੇ ਹੋ, ਕਿਵੇਂ ਕਰਵਾਉਂਦੇ ਹੋ? ਸਿਰਫ ਇਨਡੋਰਸ ਵਾਲੇ ਹੁੰਦੇ ਜਾਂ ਆਊਟਡੋਰ ਵੀ ਕੋਈ ਆਉਂਦਾ ਹੈ ਸੈਮੀਨਾਰਸ ਅਟੈਂਡ ਆਰਗਨਾਈਜ਼ ਕਰਨ ਵਾਸਤੇ ਇਸ ਸਕੂਲ ਆਰਗਨਾਈਜੇਸ਼ਨ ਦੀ, ਉਹਦੇ ਬਾਰੇ ਕਮੈਂਟ ਕਰਨਾ ਸੀ। ਪਹਿਲਾਂ ਤਾਂ ਸਾਡੀ ਵਿਜ਼ਨ ਕੀ ਹੈ ਔਰ ਬਿਲੀਫ ਕੀ ਹੈ ਉਹ ਮੈਂ ਤੁਹਾਨੂੰ ਦੱਸਦਾ। ਠੀਕ ਹੈ, ਸਾਡੀ ਵਿਜ਼ਨ ਔਰ ਬਿਲੀਫ ਇਹ ਹੈ ਕਿ ਹਰ ਸਟੂਡੈਂਟ ਸਕਸੀਡ ਕਰ ਸਕਦਾ, ਐਵਰੀ ਸਿੰਗਲ ਸਟੂਡੈਂਟ ਹੈਜ਼ ਦਾ ਪੋਟੈਂਸ਼ੀਅਲ ਟੂ ਸਕਸੀਡ। ਪਰ ਇਹ ਹੈ ਕਿ ਕਿਸੇ ਬੱਚੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ, ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ। ਠੀਕ ਹੈ, ਇੰਡੀਵਿਜੁਅਲ ਡਿਫਰੈਂਸਿਸ, ਇੰਡੀਵਿਜੁਅਲ ਡਿਫਰੈਂਸਿਸ। ਸੋ ਉਹਨਾਂ ਨੂੰ ਪੂਰਾ ਕਰਨ ਲਈ ਦੇਰ ਇਜ਼ ਅ ਵਰਾਇਟੀ ਆਫ ਫੈਸਿਲਿਟੀਜ਼ ਔਰ ਐਕਸਟਰਾ ਕਰਿਕੁਲਰ ਐਕਟੀਵਿਟੀਜ਼। ਬੱਚੇ ਕਵਿਤਾ ਲੈਕਚਰ ਵਿੱਚ ਪਾਰਟੀਸਪੇਟ ਕਰਦੇ ਨੇ, ਵੀ ਹੈਵ ਵਾਲੀਬਾਲ ਐਂਡ ਬੈਡਮਿੰਟਨ, ਅਦਰ ਐਥਲੈਟਿਕਸ, ਐਂਡ ਬੱਚਿਆਂ ਨੂੰ ਟੈਕਨੋਲੋਜੀ 'ਤੇ ਐਡ ਪਾਰ ਰੱਖਣ ਲਈ ਵੀ ਹੈਵ ਦਾ ਐਜ ਕਰਿੰਗ 21st century ਟੈਕਨੋਲੋਜੀ ਇਨ ਕਲਾਸਰੂਮਸ, ਇੰਕਲੂਡਿੰਗ ਪ੍ਰੋਜੈਕਟਰਸ ਐਂਡ ਐਵਰੀਥਿੰਗ। ਫੋਰ ਸੈਮੀਨਾਰਸ ਹਰ ਸਾਲ ਇੰਟਰਨੈਸ਼ਨਲ ਲੈਵਲ ਤੋਂ ਅਲੱਗ ਅਲੱਗ ਯੂਨੀਵਰਸਿਟੀਜ਼ ਤੋਂ ਪ੍ਰੋਫੈਸ਼ਨਲਸ ਆਉਂਦੇ ਨੇ, ਉਹ ਬੱਚਿਆਂ ਨੂੰ ਡਿਫਰੈਂਟ ਟੋਪਿਕਸ 'ਤੇ ਗੱਲਬਾਤ ਕਰਦੇ ਨੇ, ਵਿਮੈਨ ਇੰਪਾਵਰਮੈਂਟ ਦੇ ਉੱਪਰ, ਡਰੱਗ ਅਬਿਊਜ਼ ਦੇ ਉੱਪਰ, ਪਰਸਨਲ ਡਿਵੈਲਪਮੈਂਟ ਦੇ ਉੱਪਰ, ਕਰੀਅਰ ਡਿਵੈਲਪਮੈਂਟ ਦੇ ਉੱਪਰ, ਗਾਈਡੈਂਸ ਐਂਡ ਕਾਉਂਸਲਿੰਗ। ਯੈਸ, ਐਂਡ ਇਟਸ ਲਾਈਕ UC ਬਰਕਲੀ ਦੀ ਇੱਕ ਐਸੀ ਔਰਗਨਾਈਜੇਸ਼ਨ ਹੈ ਟੀਮ ਅਪਲਿਫਟਿੰਗ ਪੰਜਾਬ, ਸਕੂਲ ਸਾਡਾ ਉਹਨਾਂ ਨਾਲ ਪਾਰਟਨਰ ਕਰਦਾ, ਉਹਨਾਂ ਦਾ ਸਾਡੇ ਸਕੂਲ ਸੈਂਟਰ ਵੀ ਹੈ, ਐਂਡ ਵੀ ਪ੍ਰੋਵਾਈਡ ਕਾਉਂਸਲਿੰਗ ਟੂ ਐਵਰੀ ਸਿੰਗਲ ਸਟੂਡੈਂਟ ਐਟ ਫ੍ਰੀ ਕਾਸਟ। ਟੀਮ ਅਪ, ਮੈਂ ਹਾਈਲਾਈਟ ਕਰਾਂਗੀ ਇਸ ਟੀਮ ਅਪ ਨੂੰ, ਤੁਹਾਡਾ ਟੀਮ ਅਪ ਬਾਰੇ ਦੱਸ ਦਿਓ। ਟੀਮ ਅਪ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੀ ਦੇ ਵਿੱਚ ਇੱਕ ਸਟੂਡੈਂਟ ਰਨ ਔਰਗਨਾਈਜੇਸ਼ਨ ਹੈ, ਔਰ ਇਹ 2016 ਵਿੱਚ ਸਟਾਰਟ ਹੋਈ ਸੀ। ਉਹਨਾਂ ਦਾ ਪਰਪਸ ਇਹੀ ਹੈ ਕਿ ਵੈਸਟ ਵਿੱਚ ਜਿਹੜੇ ਰਿਸੋਰਸਿਸ ਨੇ ਉਹਨਾਂ ਨੂੰ ਬ੍ਰਿਜ ਕਰਨਾ ਇਨ ਪੰਜਾਬ ਦੇ ਵਿੱਚ ਜੋ ਨੀਡਸ ਨੇ। ਠੀਕ ਹੈ, ਜਿੱਥੇ ਵਿਮੈਨ ਇੰਪਾਵਰਮੈਂਟ ਦੀ ਨੀਡਸ ਹੈ ਉੱਥੇ ਉਹ ਰਿਸੋਰਸਿਸ ਦੇ ਰਹੇ ਨੇ, ਜਿੱਥੇ ਐਜੂਕੇਸ਼ਨ ਦੀ ਨੀਡਸ ਹੈ ਜਾਂ ਡਰੱਗ ਅਬਿਊਜ਼ ਦੀ ਨੀਡ ਹੈ, ਕਿਸੇ ਵੀ ਤਰ੍ਹਾਂ ਦੀ ਨੀਡ ਹੈ ਉਹਨਾਂ ਕੋਲ। ਦੇਅਰ ਇਜ਼ ਅ ਕਾਮਨ ਟੋਪਿਕ, ਨੋਟ ਪਰਟੀਕੁਲਰ ਰਿਲੇਟਡ ਟੂ ਸਟੱਡੀ, ਨਾਟ ਓਨਲੀ ਜਸਟ ਸਟੱਡੀ। ਵੀ ਹੈਵ ਪ੍ਰੋਜੈਕਟਸ ਇਨ ਔਰਗੈਨਿਕ ਫਾਰਮਿੰਗ, ਵੀ ਹੈਵ ਪ੍ਰੋਜੈਕਟਸ ਇਨ ਵਿਮੈਨ ਇੰਪਾਵਰਮੈਂਟ, ਵੀ ਹੈਵ ਪ੍ਰੋਜੈਕਟਸ ਇਨ ਮੈਂਸਟਰਲ ਹਾਈਜੀਨ, ਯਾ ਦੇਰ ਇਜ਼ ਅ ਰੇਂਜ ਆਫ ਪ੍ਰੋਜੈਕਟਸ। ਨੈਕਸਟ ਕੁਐਸਚਨ ਇਜ਼ ਕਿ ਤੁਸੀਂ ਆਪਣੀ ਜਿਹੜੀ ਸਟੱਡੀ ਕੰਪਲੀਟ ਕੀਤੀ ਆ ਫੋਰਨ ਦੇ ਵਿੱਚ, ਅਤੇ ਤੁਸੀਂ ਫੋਰਨ ਦੇ ਵਿੱਚ ਵੀ ਜੋਬ ਕਰ ਸਕਦੇ ਸੀ, ਉੱਥੇ ਵੀ ਤੁਹਾਨੂੰ ਬਹੁਤ ਵਧੀਆ ਸੈਲਰੀ ਮਿਲ ਸਕਦੀ ਸੀ, ਫਿਰ ਤੁਸੀਂ ਇੰਡੀਆ ਦੇ ਵਿੱਚ ਜੋਬ ਕਰਨ ਦਾ ਕੀ ਕਿਉਂ ਫੈਸਲਾ ਕੀਤਾ, ਮਤਲਬ ਇੱਥੇ ਹੀ ਸੇਵਾ ਨਿਭਾਈ ਜਾਵੇ, ਕੋਈ ਖਾਸ ਕਾਰਨ ਉਹਦਾ? ਮੈਮ ਉੱਥੇ ਵਾਕਈ ਠੀਕ ਹੈ ਗੱਲ ਤੁਹਾਡੀ, ਬਹੁਤ ਸਾਰੇ ਆਫਰਸ ਆਏ ਹੋਏ ਸੀ ਜੋਬਸ ਦੇ ਜਿਹੜੇ ਮੈਂ ਆਫਰਸ ਰਿਜੈਕਟ ਕਰਕੇ ਆਇਆ। ਉਹਦਾ ਕਾਰਨ ਇਹ ਕਿ ਮੈਂ ਖੁਦ ਸਕੂਲ ਵਿੱਚ ਪੜ੍ਹਿਆ 8th ਤੱਕ, ਅਤੇ ਮੈਨੂੰ ਇਹ ਲੱਗਦਾ ਕਿ ਇਸ ਏਰੀਏ ਦੇ ਲੋਕ ਮਿਹਨਤੀ ਬਹੁਤ ਹਨ, ਪਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਓਪਰਚੁਨਿਟੀਜ਼ ਅਵੇਲ ਕਿਵੇਂ ਕਰਨੀ। ਅਤੇ ਮੈਨੂੰ ਇਹ ਲੱਗਦਾ ਕਿ ਮੇਰੇ ਕੋਲ ਇਹ ਪ੍ਰਿਵਿਲੇਜ ਹੈ ਕਿ ਆਈ ਨੋ ਕਿ ਇੰਟਰਨੈਸ਼ਨਲ ਲੈਵਲ 'ਤੇ ਕੀ ਕੀਤਾ ਜਾ ਸਕਦਾ, ਅਤੇ ਇਹ ਬੱਚੇ ਕਿਹੜੀ ਕਿਹੜੀ ਓਪਰਚੁਨਿਟੀਜ਼ ਅਵੇਲ ਕਰ ਸਕਦੇ। ਜੇ ਮੈਂ ਇੱਥੋਂ ਹੀ ਨਿਕਲਿਆ ਤਾਂ ਮੈਨੂੰ ਲੱਗਦਾ ਕਿ ਮੇਰਾ ਫਰਜ਼ ਬਣਦਾ ਕਿ ਮੈਂ ਇੱਥੇ ਆ ਕੇ
ਜੋ ਮੈਂ ਸਿੱਖਿਆ ਉਹ ਬਾਕੀ ਤੁਸੀਂ ਇੱਥੇ ਆਣ ਕੇ ਇੰਪਲੀਮੈਂਟ ਕਰੋ। ਯੈਸ, ਔਰ ਇਸੇ ਲਈ ਮੈਂ ਅੱਗੇ ਕੰਟੀਨਿਊ, ਮੇਰਾ ਦੂਸਰਾ ਕੁਐਸਚਨ ਇਹ ਆ ਕਿ ਉੱਥੋਂ ਦੀਆਂ ਟੈਕਨੀਕਸ ਅਤੇ ਇੱਥੋਂ ਦੀਆਂ ਟੈਕਨੀਕਸ ਦੇ ਵਿੱਚ ਕੁਛ ਡਿਫਰੈਂਸ ਨਜ਼ਰ ਆਇਆ ਹੋਵੇ, ਕਿਉਂਕਿ ਮੈਂ ਖੁਦ ਵੀ ਦੇਖਿਆ ਕਿ ਤੁਸੀਂ ਕਲਾਸ ਦੇ ਵਿੱਚ ਲੈਕਚਰ ਲੈ ਰਹੇ ਸੀਗੇ ਸਟੂਡੈਂਟ ਦਾ, ਸੋ ਫਿਰ ਕੋਈ ਟੈਕਨੀਕਸ ਦੇ ਵਿੱਚ ਕੋਈ ਵੀ ਡਿਫਰੈਂਸੇਸ਼ ਅਗਰ ਪੁਆਇੰਟ ਮਿਲਿਆ ਹੋਵੇ ਤਾਂ? ਬਹੁਤ ਸਾਰੇ ਡਿਫਰੈਂਸਿਸ ਨੇ। ਬੇਸਿਕਲੀ ਕੀ ਹੁੰਦਾ ਕਿ ਇੱਥੇ ਐਜੂਕੇਸ਼ਨ 21st ਸੈਂਚਰੀ ਦੇ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਜਾ ਰਹੀ ਹੈ 19th ਸੈਂਚਰੀ ਦੇ ਮਾਡਲ 'ਤੇ। ਜਿਸ ਤਰ੍ਹਾਂ 1800 ਦੇ ਦੌਰਾਨ ਐਜੂਕੇਸ਼ਨ ਦਿੱਤੀ ਜਾਂਦੀ ਸੀ ਅਰਲੀ 1900s, ਉਹੀ ਮੈਥਡਸ ਅੱਜ ਵੀ ਯੂਜ਼ ਕੀਤੇ ਜਾ ਰਹੇ ਅਤੇ ਪਰ ਮੇਰੀ ਰੀਸਰਚ ਜਿਹੜੀ ਆ ਉਹ ਇਸੇ ਕੰਮ 'ਤੇ ਹੀ ਹੈ ਕਿ ਕਿਵੇਂ ਆਪਾਂ ਨਵੇਂ ਮੈਥਡਸ ਡਿਵੈਲਪ ਕਰਨੇ ਨੇ। ਅਤੇ ਇਹ ਡਿਫਰੈਂਸ ਸਭ ਤੋਂ ਵੱਡਾ ਹੈ ਕਿ ਅਮੈਰੀਕਾ ਵਿੱਚ ਜਿੱਥੇ ਮੈਂ ਕੰਮ ਕਰ ਰਿਹਾ ਸੀਗਾ, ਨਵੀਂ ਚੇਂਜ ਲਿਆਉਣ ਲਈ, ਨਵੀਂ ਚੀਜ਼ ਸਿੱਖਣ ਲਈ ਲੋਕ ਹਮੇਸ਼ਾ ਖੁਸ਼ ਹੁੰਦੇ ਸੀ। ਹਾਂਜੀ, ਕਿ ਆਪਾਂ ਨਵਾਂ ਕੁਛ ਕਰ ਰਹੇ ਹਾਂ, ਬਹੁਤ ਐਕਸਾਈਟਿਡ ਹੁੰਦੇ ਅਤੇ ਉਹ ਇੱਕ ਮਿੰਟ ਨਹੀਂ ਲਾਉਂਦੇ ਜੋ ਕੰਮ ਉਹ ਸਦੀਆਂ ਤੋਂ ਕਰਦੇ ਆ ਰਹੇ, ਹੁਣ ਜਿੱਦਣ ਉਹਨਾਂ ਨੂੰ ਪਤਾ ਲੱਗ ਗਿਆ ਗਲਤ ਸੀ ਜਾਂ ਇਫੈਕਟਿਵ ਨਹੀਂ, ਉਹਨੂੰ ਛੱਡ ਦਿਆ। ਇੱਥੇ ਓਵਰਆਲ ਮੈਂ ਜਨਰਲ ਸੁਸਾਇਟੀ ਦੀ ਗੱਲ ਕਰਦਾ ਕਿ ਕਾਫੀ ਇਨਰਸ਼ੀਆ ਹੁੰਦਾ ਜਦੋਂ ਕਿਸੇ ਨੂੰ ਦੱਸੀਦਾ ਨਹੀਂ ਕਿ ਆਹ ਮੈਥਡ ਨਾਲ ਬੈਟਰ ਰਿਜ਼ਲਟਸ ਆ ਸਕਦੇ। ਹਾਂਜੀ, ਉਹ ਕਾਫੀ ਇਨਰਸ਼ੀਆ ਹੁੰਦਾ, ਪਰ ਸਾਡੇ ਸਕੂਲ ਵਿੱਚ ਸਟਾਫ ਕਾਫੀ ਸਪੋਰਟਿੰਗ ਆ। ਆਪਾਂ ਇਹਨਾਂ ਨਾਲ 1-on-1 ਵੀ ਗੱਲਬਾਤ ਕਰਦੇ ਰਹੀਦਾ ਜਾਂ ਸੈਮੀਨਾਰਸ ਕਰਦੇ ਰਹੀਦਾ, ਨਵੀਆਂ ਟੈਕਨੀਕਸ ਲਿਆਉਂਦੇ, ਮੀਟਿੰਗਸ ਅਟੈਂਡ ਵਗੈਰਾ ਵੀ ਹੁੰਦੇ। ਇਸੇ ਨੂੰ ਕੰਟੀਨਿਊ ਕਰਦੇ ਮੈਂ ਮੇਰਾ ਨੈਕਸਟ ਕੁਐਸਚਨ ਹੈ ਕਿ ਉੱਥੋਂ ਦੀ ਟੈਕਨੀਕਸ ਦੇ ਨਾਲ ਜਿੱਦਾਂ ਟੀਚਰਸ ਬੱਚਿਆਂ ਨੂੰ ਟੀਚ ਕਰਦੇ ਨੇ ਸਟੂਡੈਂਟਸ ਨੂੰ, ਔਰ ਇੱਥੋਂ ਦੇ ਜਿਹੜੇ ਟੀਚਿੰਗ ਸਟਾਈਲਸ ਨੇ ਉਹਨਾਂ ਦੇ ਵਿੱਚ ਕਿਵੇਂ ਇੰਪਰੋਵਿਜ਼ਨ ਕਰੋਗੇ, ਕਿਵੇਂ ਇੰਪਰੂਵਮੈਂਟ ਕਰੋਗੇ ਤੁਸੀਂ ਜਾਂ ਕਰ ਰਹੇ ਹੋ, ਉਸਦੇ ਬਾਰੇ ਕੁਛ ਦੱਸੋ। ਮੇਰੀ ਰੀਸਰਚ ਹੈਗੀ ਆ ਗਰੁੱਪ ਵਰਕ ਦੇ ਉੱਤੇ। ਠੀਕ ਹੈ, ਮੇਰਾ ਹਾਈਪੋਥੀਸਿਸ ਇਹ ਹੈ ਕਿ ਐਵਰੀ ਸਿੰਗਲ ਸਟੂਡੈਂਟ ਕੈਨ ਬੀ ਇਕੁਅਲੀ ਇੰਟੈਲੀਜੈਂਟ, ਅਤੇ ਮੈਂ ਜੋ ਸਟ੍ਰੈਟਜੀ ਇੰਪਲੀਮੈਂਟ ਕਰਦਾ ਉਸਨੂੰ ਕੰਪਲੈਕਸ ਇੰਸਟਰਕਸ਼ਨ ਕਹਿੰਦੇ ਨੇ। ਅਤੇ ਬੇਸਿਕਲੀ 4-5 ਬੱਚਿਆਂ ਦੇ ਗਰੁੱਪ ਬਣਾ ਕੇ ਕਲਾਸ ਵਿੱਚ ਹਰ ਬੱਚੇ ਨੂੰ ਇੱਕ ਇੱਕ ਰੋਲ ਦੇ ਦਿੱਤਾ ਜਾਂਦਾ, ਅਤੇ ਜਦੋਂ ਤੱਕ ਉਹ ਹਰ ਬੱਚਾ ਆਪਣਾ ਰੋਲ ਨਹੀਂ ਨਿਭਾਏਗਾ ਸਾਰਾ ਗਰੁੱਪ ਸਕਸੀਡ ਕਰ ਹੀ ਨਹੀਂ ਸਕਦਾ। ਸੋ ਉਹ ਸਟ੍ਰੈਟਜੀ ਇੰਪਲੀਮੈਂਟ ਕੀਤੀ ਜਾਂਦੀ ਹੈ ਜਿਸ ਨਾਲ ਕੀ ਹੁੰਦਾ ਕਿ ਹਰ ਬੱਚੇ ਨੂੰ ਹੀ ਪਾਰਟੀਸਪੇਟ ਕਰਨਾ ਪੈਂਦਾ ਔਰ ਸਾਰੀ ਕਲਾਸ ਸਾਰਾ ਗਰੁੱਪ ਇਕੱਠਾ ਅੱਗੇ ਨੂੰ ਵਧਣਾ। ਆਈ ਬਿਲੀਵ ਇਨ ਗਰੁੱਪ, I think we should all succeed together. We live in democracy, not in dictatorship. Yes, 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 yes. So, ਤੁਸੀਂ ਇਸੇ ਵੀ ਕੋਈ ਸਟ੍ਰੈਟਜੀਜ ਅਗਰ ਹੁਣ ਤੱਕ ਇੰਪਲੀਮੈਂਟ ਕੀਤੀ ਹੋਵੇ ਕਲਾਸ ਦੇ ਵਿੱਚ, ਕੋਈ ਨਿਊ ਸਟ੍ਰੈਟਜੀ ਜਿਹੜੀ ਕਿ ਇੰਟਰਨੈਸ਼ਨਲੀ ਹਾਲੇ ਤੱਕ ਕਿਸੇ ਸਕੂਲ ਨੇ ਇੱਥੇ ਨਾ ਕੀਤੀ ਹੋਵੇ? ਆਈ ਥਿੰਕ ਜਸਟ ਦ ਬਿਲੀਫ ਦੈਟ ਐਵਰੀ ਸਟੂਡੈਂਟ ਕੈਨ ਸਕਸੀਡ। ਆਮ ਯੂਜਲੀ ਸਕੂਲ ਜਾਂ ਟੀਚਰਸ ਇਹ ਗੱਲਾਂ ਨਹੀਂ ਮੰਨਦੇ, ਇਹ ਵਿਸ਼ਵਾਸ ਹੋਣਾ ਕਿ ਹਰ ਬੱਚਾ ਕਿਸੇ ਵੀ ਧਰਮ ਦਾ, ਕਿਸੇ ਵੀ ਫਾਈਨੈਂਸ਼ੀਅਲ ਬੈਕਗ੍ਰਾਊਂਡ ਤੋਂ ਆ, ਕਿਸੇ ਵੀ ਗਰੁੱਪ 'ਚੋਂ ਆ, ਉਹ ਸਕਸੀਡ ਕਰ ਸਕਦਾ। ਇਹ ਵਿਸ਼ਵਾਸ ਹੀ ਨਹੀਂ ਅਜੇ ਕਿਸੇ ਸਕੂਲ ਨੂੰ ਆ ਰਿਹਾ, ਜੇ ਕਿਸੇ ਨੂੰ ਆਪਾਂ ਦੱਸਦੇ ਹਾਂ ਤਾਂ ਉਹ ਨਹੀਂ ਮੰਨਦੇ ਉਸ ਗੱਲ 'ਤੇ। ਆਈ ਥਿੰਕ ਸਾਡੀ ਸਟ੍ਰੈਟਜੀ ਤੋਂ ਪਹਿਲਾਂ ਜੋ ਵਿਜ਼ਨ ਹੈ ਜਾਂ ਬਿਲੀਫ ਹੈ, ਇੱਕ ਤਾਂ ਉਹ ਡਿਫਰੈਂਟ ਆ, ਦੂਸਰੀ ਜੋ ਸਟ੍ਰੈਟਜੀ ਅਸੀਂ ਦੇਖਦੇ ਹਾਂ ਉਹ ਇਹ ਹੈ ਕਿ ਇੰਡੀਵਿਜੁਅਲਾਈਜ਼ਡ ਕੇਟਰਿੰਗ ਕਰ ਰਹੇ, ਅਤੇ ਪਹਿਲਾਂ ਹਰ ਬੱਚੇ ਦੀ ਨੀਡ ਨੂੰ ਸਪੈਸ਼ਲੀ ਟੈਸਟ ਕੀਤਾ ਜਾਂਦਾ, ਫਿਰ ਉਹਦੇ ਮੁਤਾਬਿਕ ਉਹਨੂੰ ਦਿੱਤਾ ਜਾਂਦਾ। ਫਿਰ ਦੂਸਰਾ ਇਹ, ਸਾਡੇ ਜਿਹੜੇ ਟੀਚਰਸ ਨੇ ਉਹ ਆਪਣੇ ਲੈਸਨਸ ਪਲਾਨ ਕਰਦੇ ਨੇ ਅਕੋਰਡਿੰਗਲੀ। ਯੂਜਲੀ ਸਕੂਲਸ ਵਿੱਚ ਟੀਚਰਸ ਲੈਸਨ ਪਲਾਨ ਨਹੀਂ ਕਰਦੇ, ਉਹ ਉਹਨਾਂ ਦਾ ਕਾਰਨ ਇਹ ਹੁੰਦਾ ਜੀ ਅਸੀਂ ਕਈ ਸਾਲਾਂ ਤੋਂ ਪੜ੍ਹਾ ਰਹੇ ਹਾਂ, ਸਾਨੂੰ ਲੈਸਨ ਪਲਾਨ ਕਰਨ ਦੀ ਜ਼ਰੂਰਤ ਹੈ। ਤੁਸੀਂ ਮੈਨੂੰ ਇਹ ਦੱਸੋ ਵੀ ਜੇ ਕੋਈ ਇੰਜੀਨੀਅਰ ਕਈ ਸਾਲਾਂ ਤੋਂ ਪੁਲ ਬਣਾ ਰਿਹਾ ਤਾਂ ਇਸਦਾ ਨਵਾਂ ਪੁਲ ਬਣਾਉਣ ਲਈ ਉਹਨੂੰ ਲੋੜ ਨਹੀਂ ਹੋਏਗੀ? ਸੋ ਐਸੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਸਾਡੇ ਵਿਸ਼ਵਾਸ, ਸਾਡੇ ਛੋਟੇ ਛੋਟੇ ਜਿਹੜੇ ਸਿਸਟਮ ਨੇ ਆਪਾਂ ਇੰਪਲੀਮੈਂਟ ਕਰਦੇ ਰਹੇ। ਮੇਕ ਸ਼ੋਰ ਕਿ ਸਕੂਲ ਦੀ ਗਰੋਥ ਹੋ ਜ਼ਿਆਦਾ ਡਿਵੈਲਪ ਹੋਵੇ, ਇਸ ਤੋਂ ਵੀ ਜ਼ਿਆਦਾ ਅੱਗੇ ਜਾਵੇ, ਇਨਹਾਂਸ ਹੋਵੇ। ਥੈਂਕ ਯੂ ਸੋ ਮੱਚ ਫੋਰ ਇਹ ਆਪਣੇ ਕੀਮਤੀ ਸਮੇਂ 'ਚ ਥੋੜ੍ਹਾ ਜਿਹਾ ਸਮਾਂ ਦੇਣ ਵਾਸਤੇ। ਬਹੁਤ ਬਹੁਤ ਧੰਨਵਾਦ, ਧੰਨਵਾਦ ਕਰਦੇ ਹਾਂ। ਥੈਂਕ ਯੂ ਸਰ, ਥੈਂਕ ਯੂ ਸੋ ਮਚ।